ਫਾਜ਼ਿਲਕਾ ਦੇ ਵਿੱਚ ਲੋਕਾਂ ਨੂੰ ਬਚਾਉਣ ਗਈ ਕਿਸ਼ਤੀ ਡੁੱਬੀ। ਕਿਸ਼ਤੀ ਦੇ ਸਵਾਰ ਦੱਸੇ ਜਾ ਰਹੇ ਸੀ 10 ਤੋਂ 12 ਲੋਕ। ਲੋਕਾਂ ਨੇ ਕਿਸ ਤਰ੍ਹਾਂ ਦਰਖਤ ਤੇ ਚੜ ਚੜ ਕੇ ਆਪਣੀ ਬਚਾਈ ਜਾਨ। ਫਾਜ਼ਿਲਕਾ ਦੀਆਂ ਤਸਵੀਰਾਂ ਨੇ ਦੋਨਾਂ ਨਾਨਕਾ ਦੇ ਵਿੱਚ ਕਿਸ਼ਤੀ ਡੁੱਬਣ ਦੇ ਕਾਰਨ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਕਿਸ਼ਤੀ ਦੇ ਵਿੱਚ ਸਵਾਰ ਲੋਕਾਂ ਨੂੰ ਬਚਾਇਆ। ਜੀ ਹਾਂ, ਰੈਸਕਿਊ ਕੀਤਾ ਜਾ ਰਿਹਾ ਸੀ। ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਕਿਉਂਕਿ ਪਿੰਡ ਵਾਸੀ ਸਮੇਂ 'ਤੇ ਹੀ ਪਹੁੰਚ ਗਏ ਅਤੇ ਕੁਝ ਆਪਣੀ ਜਾਨ ਨੂੰ ਬਚਾਉਣ ਦੇ ਲਈ ਉੱਥੇ ਲੱਗੇ ਆਪ ਹੀ ਦਰਖਤ 'ਤੇ ਚੜ ਗਏ ਅਤੇ ਗਨੀਮਤ ਰਹੀ ਕਿ ਉਹ ਬਚ ਗਏ ਅਤੇ ਬੇੜੀ 'ਤੇ ਸਵਾਰ ਲੋਕਾਂ ਦਾ ਸਮਾਨ ਸੀ ਜਿਹੜਾ ਉਹ ਪਾਣੀ ਦੇ ਤੇਜ਼ ਵਹਾਅ ਦੇ ਨਾਲ ਰੁੜਦਾ ਹੋਇਆ ਸਾਫ ਸਾਫ ਵੇਖਿਆ ਜਾ ਸਕਦਾ। ਉੱਤਰ ਹਾਦਸਾ ਇਸ ਤਰ੍ਹਾਂ ਹੋਇਆ ਸੀ ਵੀ ਅਸੀਂ ਨਾ ਟੱਪਣਾ ਸੀ ਪਾਰ, ਜਾਣਾ ਸੀ ਸ਼ਹਿਰ, ਕੋਈ ਕੰਮ ਸੀ ਸਾਨੂੰ। ਮੈਂ ਆਹ ਵਿੱਚ ਸੀ, ਬੇੜੀ ਉੱਥੋਂ ਛੱਡੀ ਹੈ, ਬੇੜੀ ਛੱਡੀ ਜਿਸਲੇ ਬੇੜੀ ਅੱਧ ਵਿਚਾਲੇ ਗਈ ਨਾ, ਬੇੜੀ ਦੀ ਕੁਝ ਹਾਲਾਤ ਪਹਿਲਾਂ ਮਾੜੇ ਸੀ, ਉਹਦੇ ਕਰ ਤੇ ਬੇੜੀ ਪਾਣੀ ਪੈਣਾ ਸ਼ੁਰੂ ਹੋ ਗਿਆ, ਉਹਦੇ 'ਚ ਅੱਧ ਵਿਚਾਲੇ ਜਾ ਤੇ ਬੇੜੀ ਪਲਟਾ ਖਾ ਗਈ। ਪਲਟਾ ਖਾਣ ਕਾਰਨ ਅੱਗੇ ਆ ਗਏ ਦਰਖਤ, ਕਈ ਮੁੰਡੇ ਉੱਥੇ ਜਲਾ ਤੇ ਜਿਨ੍ਹਾਂ ਨੂੰ ਤਰਨਾ ਨਹੀਂ ਆਉਂਦਾ ਸੀ, ਅਤੇ ਜਿਹੜੇ ਕੋਈ ਤਾਰ 'ਤੇ ਪਾਰ ਟੱਪ ਗਏ, ਕਿਨਾਰੇ ਲੱਗ ਗਏ। ਮੇਰੇ ਕੋਲ ਸਾਰਾ ਸਮਾਨ ਹੈਗਾ ਸੀ, ਕਿੱਟ ਕੁੱਟ ਹੈਗੀ ਸੀ, ਵਿੱਚ ਸਾਰਾ ਰਿਕਾਰਡ ਹੈਗਾ ਸੀ ਸਰਪੰਚੀ ਦਾ, ਕਾਰਵਾਈਆਂ ਸਾਰਾ ਕੁਝ। ਮੈਂ ਅੱਜ ਜਾਣਾ ਸੀ ਸ਼ਹਿਰ ਦਫ਼ਤਰ ਲੈ ਕੇ ਚੱਲਿਆ ਸੀ, ਉਹ ਸਾਰੀਆਂ ਦੌੜ ਗਈਆਂ। ਮੈਂ ਉਹਨਾਂ ਨੂੰ ਫੜਨ ਦਾ ਚਾਰਾ ਤਾਂ ਕੀਤਾ ਸੀ, ਪਰ ਨਹੀਂ ਇੱਥੇ ਆਇਆ ਕਿੱਟ। ਆਪਦੀ ਜਾਨ ਦਾ ਖਤਰਾ ਸੀ, ਆਪਦੀ ਜਾਨ ਲੈ ਤੇ ਬੜੇ ਮੁਸ਼ਕਲ ਅਸੀਂ ਕਿਨਾਰੇ ਲੱਗੇ ਸੀ। ਕਿਨਾਰੇ ਲੱਗ ਤੇ ਫਿਰ ਮੈਂ ਉੱਥੇ ਰੌਲਾ ਪਾਇਆ ਪਿੰਡ 'ਚ, ਪਿੰਡ ਲਾਗੇ ਸੀ, ਮੈਂ ਰੌਲਾ ਪਾਇਆ ਵੀ ਕਿਸ਼ਤੀ ਡੁੱਬ ਗਈ, ਇਸ ਤਰ੍ਹਾਂ ਭੱਜੋ ਪਹੁੰਚੋ ਸਾਨੂੰ ਕੱਢੋ। ਲੋਕ ਸਾਰਾ ਪਿੰਡ ਦੇ ਭੱਜੇ, ਕਿਨਾ ਟੂਪਾ ਲਿਆਂਦਿਆ, ਕਿਨਾ ਰਸਾ ਲਿਆਂਦਾ, ਸਾਨੂੰ ਬੜਾ ਮੁਸ਼ਕਲ ਕੱਢਿਆ ਗਿਆ। ਕਿਸ਼ਤੀ ਦੇ ਵਿੱਚ ਉਸ ਟਾਈਮ ਕਿੰਨੇ ਕੁ ਲੋਕ ਸਨ? ਕਿਸ਼ਤੀ 'ਚ ਹੈਗੇ ਸੀ 10-12 ਬੰਦੇ। ਫਾਜ਼ਿਲਕਾ ਤੋਂ ਬਖਸ਼ੀਸ਼ ਸਿੰਘ ਦੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ ਬਿਊਰੋ ਰਿਪੋਰਟ।